ਕੈਨੇਡਾ ਦੇ ਵੱਲੋਂ ਇੱਕ ਹੋਰ ਬੜਾ ਵਧੀਆ ਪ੍ਰੋਗਰਾਮ ਅਨਾਊਂਸ ਕੀਤਾ ਗਿਆ ਸੀ ਜੀ ਪਿੱਛੇ ਜੇ, ਉਹ ਸੀ ਜੀ ਇਨੋਵੇਸ਼ਨ ਪਾਇਲਟ ਪ੍ਰੋਗਰਾਮ। ਉਹਦੇ ਵਿੱਚ ਇਹਨਾਂ ਨੇ ਕੋਈ 8 ਕੰਪਨੀਆਂ ਐਡ ਕੀਤੀਆਂ ਨੇ। ਉਹਨਾਂ ਕੰਪਨੀਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕੰਪਨੀ ਜੇਕਰ ਇੱਕ ਜੋਬ ਆਫਰ ਦੇ ਦਿੰਦੀ ਆ ਤਾਂ ਤੁਸੀਂ ਇੱਥੇ ਵਰਕ ਪਰਮਿਟ 'ਤੇ ਆਓਗੇ ਅਤੇ ਤੁਹਾਡਾ ਪੂਰੇ ਦਾ ਪੂਰਾ ਪਰਿਵਾਰ ਇੱਥੇ ਓਪਨ ਵਰਕ ਪਰਮਿਟ, ਬੱਚੇ ਸਟੱਡੀ ਦੇ ਉੱਪਰ, ਉਹ ਸਾਰਿਆਂ ਵਿੱਚ ਇਨਕਲੂਡ ਹੈ ਜਿਵੇਂ ਪਹਿਲਾਂ ਲੋਕ ਆਉਂਦੇ ਸਨ। ਅਤੇ ਉਹਦੇ ਵਿੱਚ ਜੋਬ ਕਰਨ ਤੋਂ ਬਾਅਦ ਤੁਸੀਂ ਆਪਦੀ 1 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ PR ਵੀ ਲਗਾ ਸਕੋਗੇ। ਅਤੇ ਉਹਦੀ ਜਿਹੜੀ ਕੰਮਾਂ ਦੀ ਲਿਸਟ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਹੁਣ ਤਾਂ ਨਹੀਂ ਪਾ ਸਕਦੇ, ਲਾਈਵ ਆਮ ਬਾਅਦ ਤੁਹਾਨੂੰ ਪਾ ਦਿਆਂਗੇ ਆਪਾਂ। ਤੁਸੀਂ ਇਹਨਾਂ ਕੰਪਨੀਆਂ ਤੋਂ ਕੋਈ ਵੀ ਇੱਕ ਜੋਬ ਆਫਰ ਲੈਣੀ ਆ ਅਤੇ ਉਦੋਂ ਬਾਅਦ ਤੁਸੀਂ ਆਪਣੀ ਡਾਇਰੈਕਟ PR ਜਾਂ ਆਪਣੀ ਜੋਬ ਆਫਰ ਦੇ ਨਾਲ PNP ਜਾਂ ਜੋ ਵੀ ਪ੍ਰੋਗਰਾਮ ਦਾ ਹੈਗਾ ਉਹ ਲਗਾ ਸਕੋਗੇ।